ਸਤਿ ਸ਼੍ਰੀ ਅਕਾਲ ਦੋਸਤੋ, IHM ਗੁਰੂ ਪੇਜ 'ਤੇ ਤੁਹਾਡਾ ਸਵਾਗਤ ਹੈ। ਅੱਜ ਜੋ ਟੌਪਿਕ ਹੈ ਹੋਸਪਿਟੈਲਿਟੀ, ਅਸੀਂ ਅੱਜ ਜਾਣਾਂਗੇ ਕਿ ਹੋਸਪਿਟੈਲਿਟੀ ਕੀ ਹੈ। ਹੋਸਪਿਟੈਲਿਟੀ ਇੱਕ ਇੰਡਸਟਰੀ ਦੇ ਬੇਸ 'ਤੇ ਆਉਂਦੀ ਹੈ। ਜਿਵੇਂ ਕਿ ਤੁਸੀਂ ਗੈਸਟ ਬਣ ਕੇ ਕਿਤੇ ਹੋਟਲ ਦੇ ਵਿੱਚ ਜਾਂਦੇ ਹੋ ਅਤੇ ਉਹ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਦੇ ਨੇ, ਰਹਿਣਾ ਖਾਣਾ ਪੀਣਾ ਉਹ ਪ੍ਰੋਵਾਈਡ ਕਰਦੇ ਨੇ, ਅਤੇ ਤੁਸੀਂ ਜਦੋਂ ਵਾਪਸ ਆਉਂਗੇ ਨਾ, ਤੁਸੀਂ ਅਗਰ ਵਰਡ ਬੋਲੋਗੇ ਥੈਂਕਸ ਫੋਰ ਯੂਅਰ ਹੋਸਪਿਟੈਲਿਟੀ। ਸੋ ਹੋਸਪਿਟੈਲਿਟੀ ਦਾ ਮੀਨਿੰਗ ਹੈ ਖਾਤਰਦਾਰੀ। ਅਸੀਂ ਸਾਡੇ ਕੋਈ ਗੈਸਟ ਆਉਂਦਾ ਆ ਜਾਂ ਕੋਈ ਵੀ ਬਿਜ਼ਨਸ ਰਿਲੇਟਡ ਕੋਈ ਪਾਰਟਨਰ ਵਗੈਰਾ ਕੁਛ ਆਉਂਦਾ ਆ, ਅਸੀਂ ਉਸਨੂੰ ਸਰਵਿਸ ਪ੍ਰੋਵਾਈਡ ਕਰਦੇ ਹਾਂ, ਉਹ ਹੈ ਹੋਸਪਿਟੈਲਿਟੀ। ਰਿਲੇਸ਼ਨ ਬਿਟਵੀਨ ਗੈਸਟ ਐਂਡ ਦੀ ਹੋਸਟ, ਇਹ ਹੋਸਪਿਟੈਲਿਟੀ ਦੇ ਵਿੱਚ ਆਉਂਦਾ ਆ। ਸੋ ਹੋਸਪਿਟੈਲਿਟੀ ਦੇ ਵਿੱਚ ਕਿਹੜੀ ਕਿਹੜੀ ਇੰਡਸਟਰੀ ਆਉਂਦੀ ਆ, ਜਿਵੇਂ ਅਸੀਂ ਨਾਮ ਲਈਏ ਤਾਂ ਹੋਟਲ ਇੰਡਸਟਰੀ, ਇਹ ਵੀ ਸਾਨੂੰ ਸਰਵਿਸ ਪ੍ਰੋਵਾਈਡ ਕਰਦੀ ਆ ਰਹਿਣ ਦੀ ਅਤੇ ਖਾਣ ਪੀਣ ਦੀ ਵਗੈਰਾ। ਅਤੇ ਦੂਸਰੀ ਹੈਗੀ ਟੂਰਿਜ਼ਮ ਇੰਡਸਟਰੀ, ਟੂਰਿਜ਼ਮ ਇੰਡਸਟਰੀ ਵੀ ਸਰਵਿਸ ਪ੍ਰੋਵਾਈਡ ਕਰਦੀ ਹੈ ਜਿਵੇਂ ਕੋਈ ਸਾਡੇ ਕੋਲ ਡੋਮੈਸਟਿਕ ਟਰੈਵਲਰ ਆਉਂਦਾ ਆ ਕੋਈ ਜਾਂ ਫਿਰ ਇੰਟਰਨੈਸ਼ਨਲ ਆਉਂਦਾ ਆ, ਅਸੀਂ ਉਸਨੂੰ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ। ਸੋ ਬਿਜ਼ਨਸ ਰਿਲੇਟਡ ਅਤੇ ਆਪਣੇ ਕਮਰਸ਼ੀਅਲ ਬਿਜ਼ਨਸ ਹੋਟਲਸ ਬਣੇ ਹੋਏ ਨੇ ਜੋ ਹੋਸਪਿਟੈਲਿਟੀ ਪ੍ਰੋਵਾਈਡ ਕਰਦੇ ਨੇ। ਇੱਕ ਤਾਂ ਹੋਟਲ ਦੇ ਬੇਸ ਦੇ ਉੱਤੇ ਨਹੀਂ ਹੈਗਾ, ਇਹ ਹੋਸਪਿਟੈਲਿਟੀ ਇੰਡਸਟਰੀ ਜੋ ਇਸਟੈਬਲਿਸ਼ਮੈਂਟ ਅਤੇ ਜਾਂ ਸ਼ੈਲਟਰ ਕਹਿ ਲਓ ਜੋ ਪ੍ਰੋਵਾਈਡ ਕਰਦੀ ਹੈ ਅਤੇ ਖਾਣਾ ਪੀਣਾ ਪ੍ਰੋਵਾਈਡ ਕਰਦੀ ਹੈ, ਇਹ ਇੰਡਸਟਰੀ ਨੂੰ ਕਹਿੰਦੇ ਆ ਹੋਸਪਿਟੈਲਿਟੀ ਇੰਡਸਟਰੀ।